ਇਸ ਵੇਲੇ ਦੀ ਸਭ ਤੋਂ ਵੱਡੀ ਬ੍ਰੇਕਿੰਗ ਫਤਿਹਗੜ ਸਾਹਿਬ ਦੇ ਵਿੱਚ ਦੋ ਗੈਂਗਸਟਰਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਪਰ ਮੋਦਬਾਨ ਜਿਹੜੇ ਏਜੀਟੀਐਫ ਦੇ ਮੁਖੀ ਨੇ ਉਹਨਾਂ ਨੂੰ ਖੂਫੀਆ ਸੂਤਰਾਂ ਤੋਂ ਇਹ ਜਾਣਕਾਰੀ حاصل ਹੋਈ ਸੀ ਕਿ ਜਿਹੜੇ ਦੋ ਗੈਂਗਸਟਰ ਨੇ ਉਹ ਫਤਿਹਗੜ ਸਾਹਿਬ ਦੇ ਵਿੱਚ ਬਸੀ ਪਠਾਣਾ ਦੇ ਲਾਗੇ ਕਿਤੇ ਠਹਿਰੇ ਹੋਏ ਨੇ ਤੇ ਉਹਨਾਂ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ ਇਸ ਖੇਤਰ ਦੇ ਵਿੱਚ ਜਿਹੜਾ ਸਾਰਾ ਇਲਾਕਾ ਸੀ ਉਹ ਸੀਲ ਕਰ ਦਿੱਤਾ ਤੇ ਛੋਣੀ ਦੇ ਵਿੱਚ ਤਬਦੀਲ ਹੋ ਗਿਆ ਉਸ ਵਕਤ ਜਦੋਂ ਗੈਂਗਸਟਰਾਂ ਨੂੰ ਉਹਨਾਂ ਨੇ ਸਰੈਂਡਰ ਕਰਨ ਦੇ ਲਈ ਕਿਹਾ ਪਰ ਗੈਂਗਸਟਰ ਨਹੀਂ ਮੰਨੇ ਤੇ ਉਧਰੋਂ ਇੱਕ ਪਾਸਿਓਂ ਗੈਂਗਸਟਰਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਜਵਾਬੀ ਕਾਰਵਾਈ ਕਰਦੇ ਹੋਏ ਪਰਮੋਦ ਬਾਨ ਜੁੜੇ ਕੇ ਏਜੀਟੀਐਫ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਇਸ ਸਾਰੀ ਕਾਰਵਾਈ ਦੀ ਕਮਾਂਡ ਸੰਭੀ ਜਾ ਰਹੀ ਸੀ ਤੇ ਉਹਨਾਂ ਨੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦੋ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਤੇ ਵੱਡੀ ਜਾਣਕਾਰੀ ਨਿਕਲ ਕੇ ਇਹ ਵੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਹ ਐਨਕਾਊਂਟਰ ਜਿੰਨਾ ਦਾ ਕੀਤਾ ਗਿਆ ਇਸ ਦੇ ਵਿੱਚ ਐਨਕਾਊਂਟਰ ਦੌਰਾਨ ਜਦੋਂ ਇਹ ਫਾਇਰਿੰਗ ਚੱਲ ਰਹੀ ਸੀ ਤਾਂ ਪੁਲਿਸ ਦੇ ਅਧਿਕਾਰੀ ਵੀ ਜ਼ਖਮੀ ਹੋਏ ਤਾਂ ਦੂਜੇ ਪਾਸੇ ਜਿਹੜੇ ਗੈਂਗਸਟਰ ਸੀ ਉਹ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਢੇਰ ਕਰ ਦਿੱਤੇ ਗਏ ਤੇ ਜਿਹੜੇ ਇਹ ਗੈਂਗਸਟਰ ਦੱਸੇ ਜਾ ਰਹੇ ਨੇ ਇਹਨਾਂ ਦੇ ਵਿੱਚੋਂ ਇੱਕ ਗੈਂਗਸਟਰ ਦਾ ਨਾਮ ਸਾਹਮਣੇ ਆ ਰਿਹਾ ਹੈ ਜਾਣਕਾਰੀ ਦੇ ਮੁਤਾਬਕ ਤੇਜਾ ਇਹ ਦੱਸਿਆ ਜਾ ਰਿਹਾ ਹੁਣ ਇਹ ਕਿਸੇ ਗੈਂਗ ਨਾਲ ਸੰਬੰਧਿਤ ਹੈ ਜਾਂ ਫਿਰ ਇਹ ਇਕੱਲਾ ਹੀ ਆਪਣਾ ਗੈਂਗ ਚਲਾ ਰਿਹਾ ਹੈ ਫਿਲਹਾਲ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਹ ਦੱਸਿਆ ਜਾ ਰਿਹਾ ਕਿ ਇਹ ਗੈਂਗਸਟਰ ਤੇਜਾ ਹੈ ਜੋ ਕਿ ਅਚਲੀ ਇੱਕ ਹੋਰ ਜਿਹੜੀ ਜਾਣਕਾਰੀ ਇਸ ਦੇ ਨਾਲ ਜੁੜ ਕੇ ਸਾਹਮਣੇ ਉੱਭਰ ਕੇ ਆਈ ਹੈ ਉਹ ਇਹ ਹੈ ਕਿ ਜਿਹੜਾ ਫਲੋਰ ਕਤਲ ਕਾਂਡ ਸੀ ਜਿਸ ਵਿੱਚ ਇੱਕ ਪੁਲਸ ਅਧਿਕਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਉਸ ਦਾ ਇਹ ਮਾਸਟਰਮਾਈਂਡ ਸੀ ਸੋ ਗੈਂਗਸਟਰਾਂ ਦੇ ਵੱਲ ਵੱਡੀ ਕਾਰਵਾਈ ਉਹਨਾਂ ਦੇ ਵਿਰੁੱਧ ਵੱਡੀ ਕਾਰਵਾਈ ਨੂੰ ਅੰਜਾਮ ADTF ਦੀ ਵੱਲੋਂ ਦਿੱਤਾ ਗਿਆ ਪ੍ਰਮੋਤਬਾਨ ਇਸ ਦੀ ਕਮਾਨ ਸੰਭ ਰਹੇ ਸੀ ਜਿਨ੍ਹਾਂ ਨੇ ਕਿ ਜੜੇ ਗੈਂਗਸਟਰ ਨੇ ਪੁਲਿਸ ਅਧਿਕਾਰੀਆਂ ਨੂੰ ਕਾਫੀ ਜ਼ਿਆਦਾ ਨਿਸ਼ਾਨਾ ਵੀ ਬੀਤੇ ਸਮੇਂ ਵਿੱਚ ਬਹੁਤ ਸਾਰੇ ਸੂਬੇ ਦੇ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਰਹੇ ਨੇ ਤੇ ਉਹਨਾਂ ਨੂੰ ਮੌਤ ਦੇ ਅੰਜਾਮ ਤੱਕ ਪਹੁੰਚਾਉਂਦੇ ਰਹੇ ਨੇ ਸੋ ਉਸ ਦਾ ਬਦਲਾ ਵੀ ਇੱਕ ਤਰੀਕੇ ਨਾਲ ਕਹਿ ਸਕਦੇ ਨੇ ਲੈ ਲਿਆ ਤੇ ਸੂਬੇ ਦੇ ਵਿੱਚ ਜਿਹੜੀ ਇਹ ਕਾਰਵਾਈ ਨੂੰ ਵੱਡੀ ਨੂੰ ਅੰਜਾਮ ਪੁਲਿਸ ਦੇ ਵੱਲੋਂ ਦਿੱਤਾ ਜਾ ਰਿਹਾ ਉਹ ਕਿਤੇ ਨਾ ਕਿਤੇ ਪੁਲਿਸ ਵਾਲਿਆਂ ਦੀ ਇਮੇਜ ਨੂੰ ਵੀ ਸੁਧਾਰਨ ਦੇ ਵਿੱਚ ਵੱਡਾ ਜਿਹੜਾ ਕਹਿ ਸਕਦੇ ਆ ਉਹ ਰੋਲ ਅਦਾ ਕਰੇਗਾ ਚਰਦੀਗਲਾ ਟਾਈਮ ਟੀਵੀ ਬਿਊਰੋ ਰਿਪੋਰਟ ਜਿਵੇਂ ਕਿ ਤੁਸੀਂ ਵੇਖਿਆ ਫਤਿਹਗੜ ਸਾਹਿਬ ਦੇ ਵਿੱਚ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪ੍ਰਮੋਦ ਬਾਨ ਨੇ ਜਿਹੜੇ ਉਹਨਾਂ ਦੀ ਰਹਿਨਮਾਈ ਦੇ ਹੇਠ ਜਾਂ ਫਿਰ ਕਹਿ ਲਓ ਜੇ ਉਹਨਾਂ ਨੇ ਕਮਾਨ ਸਾਮ ਲਈ ਹੈ ਤਾਂ ਫਿਰ ਜਿਹੜੇ ਗੈਂਗਸਟਰ ਸੀ ਉਹ ਬਚ ਕੇ ਆਖਰ ਕਿਵੇਂ ਨਿਕਲ ਸਕਦੇ ਸੀ ਕਿਉਂਕਿ ਬੀਤੇ ਦਿਨੀ ਵੀ ਤੁਸੀਂ ਉਹਨਾਂ ਦੇ ਬਿਆਨ ਸੁਣੇ ਨੇ ਕਿ ਪ੍ਰਮੋਦ ਬਾਨ ਨੇ ਸਾਫ਼-ਸਾਫ਼ ਕਿਹਾ ਸੀ ਕਿਉਂਕਿ ਮਾਨ ਸਰਕਾਰ ਨੇ ਸਖਤ ਨਿਰਦੇਸ਼ ਦਿੱਤੇ ਸੀ ਗੈਂਗਸਟਰ ਨੂੰ ਲੈ ਕੇ ਸੋ ਪ੍ਰਮੋਦ ਬਾਨ ਨੇ ਕਿਹਾ ਸੀ ਜਿਹੜੇ ਗੈਂਗਸਟਰ ਨੇ ਉਹ ਬੰਦੇ ਬੰਜੋ ਨਹੀਂ ਤਾਂ ਜਿਹੜੀ ਕਾਰਵਾਈ ਉਹ ਬਹੁਤ ਸਖਤ ਕਰ ਦਿੱਤੀ ਜਾਵੇਗੀ ਸੋ ਉਹ ਸਖਤ ਕਾਰਵਾਈ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਫਤੇਗੜ ਸਾਹਿਬ ਚ ਵੇਖਣ ਨੂੰ ਮਿਲਿਆ ਨੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਫਤੇਗੜ ਸਾਹਿਬ ਦੇ ਵਿੱਚ ਬਸੀ ਪਠਾਣਾ ਦੇ ਵਿੱਚ ਜਿਹੜੇ ਦੋ ਗੈਂਗਸਟਰ ਨੇ ਉਹਨਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਜੀ ਹਾਂ ਪਰਮੋਦ ਬਾਨ ਨੇ ਇਸ ਕੇਸ ਦੀ ਕਮਾਂਡ ਸੰਭੀ ਸੀ ਉਹਨਾਂ ਨੂੰ ਖੂਫੀਆ ਸੂਤਰਾਂ ਤੋਂ ਇਹ ਜਾਣਕਾਰੀ ਹਾਸਲ ਹੋਈ ਸੀ ਕਿ ਜਿਹੜੇ ਦੋ ਗੈਂਗਸਟਰ ਨੇ ਉਹ ਬਸੀ ਪਠਾਣਾ ਦੇ ਵਿੱਚ ਲੁਕੇ ਹੋਏ ਨੇ ਪੂਰੇ ਇਲਾਕੇ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਇਹਨਾਂ ਨੇ ਸੋ ਪੂਰਾ ਇਲਾਕਾ ਸੀਲ ਕਰਕੇ ਪਰਮੋਦ ਬਾਨ ਨੇ ਇਸ ਨੂੰ ਕਮਾਂਡ ਸੰਭੀ ਤੇ ਕਾਰਵਾਈ ਇੰਨੀ ਕੁ ਸਖਤ ਕਰ ਦਿੱਤੀ ਗਈ ਕਿਉਂਕਿ ਸਭ ਤੋਂ ਪਹਿਲਾਂ ਪੁਲਿਸ ਹਮੇਸ਼ਾ ਉਹਨਾਂ ਨੂੰ ਬਚਨ ਦਾ ਰਸਤਾ ਇਹ ਦਿੰਦੀ ਹੈ ਕਿ ਤੁਸੀਂ ਸਰੈਂਡਰ ਕਰ ਦੋ ਕਿਉਂਕਿ ਹੁਣ ਤੁਹਾਡਾ ਬਚਨ ਦਾ ਕੋਈ ਵੀ ਨਾਮ ਹੋ ਨਿਸ਼ਾਨ ਨਹੀਂ ਹੈ ਪਰ ਜਦੋਂ ਵੀ ਗੈਂਗਸਟਰ ਨਹੀਂ ਮੰਨਦੇ ਤਾਂ ਪੁਲਿਸ ਨੂੰ ਜਿਹੜਾ ਲਾਸਟ ਰਸਤਾ ਹੈ ਉਹ ਇਹੀ ਅਖਤਿਆਰ ਕਰਨਾ ਪੈਂਦਾ ਕਿਉਂਕਿ ਜਿਹੜੀ ਫਾਇਰਿੰਗ ਇੱਕ ਪਾਸੇ ਤੋਂ ਗੈਂਗਸਟਰ ਕਰ ਰਹੀ ਸੀ ਤਾਂ ਦੂਜੇ ਪਾਸੇ ਤੋਂ ਪੁਲਿਸ ਅਧਿਕਾਰੀ ਜਿਹੜੀ ਏਜੀਟੀਐਫ ਚ ਹੈ ਉਹ ਵੀ ਆਪਣੇ ਵੱਲੋਂ ਪੂਰੀ ਇਸ ਕਾਰਵਾਈ ਨੂੰ ਅੰਜਾਮ ਦੇਣ ਦੇ ਵਿੱਚ ਦੇਖਿਆ ਜਾਵੇ ਤਾਂ ਐਕਟਿਵ ਦਿਖਾਈ ਦੇ ਰਹੀ ਸੀ ਸੋ ਇਸ ਦੌਰਾਨ ਜਿੱਥੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਹੋ ਗਿਆ ਦੋ ਪੁਲਿਸ ਦੇ ਅਧਿਕਾਰੀ ਵੀ जख्मी ਹੋਏ ਨੇ ਸੋ ਉਹਨਾਂ ਨੂੰ ਜਵਾਬੀ ਕਾਰਵਾਈ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਗੈਂਗਸਟਰਾਂ ਨੂੰ ਰਾਹ ਦਿੱਤਾ ਕਿ ਤੁਸੀਂ ਸਰੈਂਡਰ ਕਰ ਦਿਓ ਪਰ ਗੈਂਗਸਟਰ ਨਹੀਂ ਮੰਨੇ ਤੇ ਉਹਨਾਂ ਨੇ ਵੀ ਫਾਇਰਿੰਗ ਕੀਤੀ ਰਾਉਂਡ ਫਾਇਰ ਵੀ ਕੀਤੇ ਤੇ ਉਸ ਤੋਂ ਬਾਅਦ AGTF ਨੇ ਸਖਤ ਕਾਰਵਾਈ ਕਰਦਿਆਂ ਦੋ ਗੈਂਗਸਟਰ ਨੇ ਜਿਹੜੇ ਉਹ ਫੜ ਲਏ ਨੇ ਤੇ ਜਿਹੜੇ ਉਹਨਾਂ ਦਾ ਇੱਕ ਤਰੀਕੇ ਨਾਲ ਐਨਕਾਊਂਟਰ ਕਰ ਦਿੱਤਾ ਗਿਆ ਸੋ ਇਹ ਵੱਡੀ ਕਾਰਵਾਈ ਪ੍ਰਮੋਤਬਾਨ ਦੀ ਰਹਿਤ ਨਮਾਈ ਦੇ ਹੇਠ ਜਿਹੜੀ ਪੰਜਾਬ ਨੂੰ ਗੈਂਗਸਟਰਵਾਦ ਤੋਂ ਬਚਾਉਣ ਦੇ ਜਕਰ ਦੇਖਿਆ ਜਾਵੇ ਉਸ ਰਾਤ ਇੱਕ ਹੋਰ ਸਕਸੈਸ ਕਹਿ ਸਕਦੇ ਹਾਂ ਕਿਉਂਕਿ ਜਦੋਂ ਤੋਂ ਅਸੀਂ ਇਹ ਮਾਨ ਨੇ ਨਿਰਦੇਸ਼ ਜਾਰੀ ਕੀਤੇ ਨੇ ਕਿ ਗੈਂਗਸਟਰ ਨੇ ਹੁਣ ਜਿਹੜੇ ਉਹ ਸੂਬਾ ਛੱਡ ਕੇ ਭੱਜ ਜੋ ਨਹੀਂ ਤਾਂ ਤੁਹਾਨੂੰ ਨਹੀਂ ਬਖਸ਼ਿਆ ਜਾਵੇਗਾ ਸੋ ਉਹ ਜਿਹੜੀਆਂ ਉਹਨਾਂ ਦੇ ਆਦੇਸ਼ਾਂ ਤੇ ਚੱਲਦੇ ਜੇਕਰ ਦੇਖਿਆ ਜਾਵੇ ਤਾਂ ਪੁਲਿਸ ਵਾਲਿਆਂ ਦੀ ਜਿਹੜੀ ਕਾਰਵਾਈ ਹੈ ਉਹ ਵੀ ਵੇਖਣ ਨੂੰ ਮਿਲ ਰਹੀ ਹੈ ਤਸਵੀਰਾਂ ਤੁਹਾਡਾ ਸਾਂਝੀਆਂ ਕਰ ਰਹੇ ਆ ਇੱਥੇ ਤੁਸੀਂ ਸਾਫ਼-ਸਾਫ਼ ਵੇਖ ਸਕਦੇ ਹੋ ਗੱਡੀ ਦੀਆਂ ਵੀ ਤਸਵੀਰਾਂ ਨੇ ਥੋੜੀ ਦੇਰ ਦੇ ਵਿੱਚ ਜਿਹੜੇ ਮ੍ਰਿਤਕ ਸਰੀਰ ਨੇ ਉਹ ਵੀ ਸਾਹਮਣੇ ਆ ਜਾਣਗੇ ਕਿ ਉਹ ਕਿੰਨਾ ਦੇ ਨੇ ਪਰ ਇਹ ਜਿਹੜੇ ਗੈਂਗਸਟਰ ਦੋ ਜਿਹੜੇ ਇਨਕਾਊਂਟਰ ਹੋਇਆ ਤੇ ਇੱਕ ਹੋਇਆ ਜ਼ਖਮੀ ਤੇ ਇਹਨਾਂ ਦੇ ਵਿੱਚੋਂ ਜਦੋਂ شناخت ਹੋਈ ਹੈ ਤਾਂ شناخت ਦੇ ਵਿੱਚ ਫਿਲਹਾਲ ਇੱਕ ਗੈਂਗਸਟਰ ਹੈ ਜਿਸ ਦੇ ਬਾਰੇ ਜਾਣਕਾਰੀ ਸਾਹਮਣੇ ਨਿਕਲ ਕੇ ਇਹ ਆ ਰਹੀ ਹੈ ਕਿ ਉਸ ਦਾ ਨਾਮ ਤੇਜਾ ਦੱਸਿਆ ਜਾ ਰਿਹਾ ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹ ਤੇਜਾ ਕੌਣ ਹੈ ਜਿੱਥੇ ਇੰਨੇ ਗੈਂਗਸਟਰਾਂ ਦੇ ਜਿਹੜੇ ਗਰੁੱਪ ਨੇ ਉਹ ਪੰਜਾਬ ਦੇ ਵਿੱਚ ਇਸ ਵਕਤ ਐਕਟਿਵ ਵਿਖਾਈ ਦੇ ਰਹੇ ਨੇ ਤਾਂ ਜਿਹੜਾ ਤੇਜਾ ਹੈ ਇਹ ਫਿਲਹਾਲ ਇਹਦੀ ਜਾਣਕਾਰੀ ਇਹ ਨਹੀਂ ਸਾਹਮਣੇ ਆਈ ਕਿ ਇਹ ਇਕੱਲਾ ਇਸ ਜਿਹੜਾ ਗਰੁੱਪ ਹੈ ਉਸ ਨੂੰ ਰਨ ਕਰ ਰਿਹਾ ਜਾਂ ਫਿਰ ਇਹ ਕਿਸੇ ਖਾਸ ਜਿਹੜਾ ਗੈਂਗ ਹੈ ਉਸ ਦਾ ਹਿੱਸਾ ਹੈ ਸੋ ਇਹਦੀ ਜਾਣਕਾਰੀ ਅਜੇ ਆਉਣੀ ਸਾਹਮਣੇ ਬਾਕੀ ਹੈ ਪਰ ਸਭ ਤੋਂ ਜੁੜੀ ਜਿਹੜੀ ਖਾਸ ਗੱਲ ਹੈ ਤੇਜਾ ਉਸ ਕਤਲकांड ਦਾ ਮਾਸਟਰਮਾਈਂਡ ਹੈ ਜਿਸ ਕਤਲकांड ਦੇ ਵਿੱਚ ਕੁਲਦੀਪ ਸਿੰਘ ਬਾਜਵਾ ਜੀ ਹਾਂ ਇਹ ਨਾਮ ਤੁਸੀਂ ਸੁਣਿਆ ਹੋਵੇਗਾ ਫਲੋਰ ਕਤਲकांड ਦਾ ਜਿੱਥੇ ਕੁਲਦੀਪ ਸਿੰਘ ਬਾਜਵਾ ਨੇ ਜਾਨ ਬਚਾਉਂਦੇ ਹੋਏ ਵਪਾਰੀ ਦੀ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਉਸ ਦੀ ਜਾਨ ਬਚਾਈ ਸੀ ਤੇ ਆਪ ਜਿਹੜਾ ਸ਼ਹੀਦ ਹੋ ਗਿਆ ਸੀ ਪੁਲਿਸ ਵਾਲਿਆਂ ਦੀ ਇਹ ਵੱਡੀ ਕੁਰਬਾਨੀ ਹੈ ਪਬਲਿਕ ਨੂੰ ਬਚਾਉਣ ਦੇ ਵਿੱਚ ਜਦੋਂ ਇਹਨਾਂ ਦੇ ਸ਼ਹੀਦੀ ਪਾਲਨ ਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਦੇ ਨਾਮ ਕਿਤੇ ਨਾ ਕਿਤੇ ਜਿਹੜੇ ਉਂਗਲਿਆਂ ਦੇ ਪੋਟਿਆਂ ਤੇ ਯਾਦ ਰਹਿਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਜਿਹੜੀ ਪੁਲਿਸ ਹੈ ਉਹ ਕਿਤੇ ਨਾ ਕਿਤੇ ਆਪਣੀ ਇਮੇਜ ਗਵਾ ਚੁੱਕੀ ਸੀ ਸੂਬੇ ਦੇ ਵਿੱਚ ਪਬਲਿਕ ਨੂੰ ਜਿਹੜੀ ਸਿਕਿਉਰਿਟੀ ਉਹ ਨਹੀਂ ਸੀ ਮਹਿਸੂਸ ਹੋ ਰਹੀ ਪਰ ਜਦੋਂ ਅਜਾਹੇ ਪੁਲਿਸ ਵਾਲੇ ਆਪਣੀਆਂ ਸ਼ਹੀਦੀਆਂ ਦਿੰਦੇ ਨੇ ਪਬਲਿਕ ਨੂੰ ਬਚਾਉਣ ਦੇ ਵਿੱਚ ਤਾਂ ਕਿਤੇ ਨਾ ਕਿਤੇ ਪੈਰਲਲ ਜਿਹੜੇ ਹੈ ਉਹ ਪੁਲਿਸ ਵਾਲੇ ਈਮੇਜ ਨੂੰ ਬਰਕਰਾਰ ਰੱਖਣ ਦੇ ਵਿੱਚ ਪੰਜਾਬ ਪੁਲਿਸ ਦੀ ਆਪਣਾ ਜਿਹੜਾ ਹੈ ਰੋਲ ਅਦਾ ਕਰਦੇ ਨੇ ਸੋ ਕੁਲਦੀਪ ਬਾਜਵਾ ਦੇ ਘਰਦਿਆਂ ਨਾਲ ਸੀ ਇਹ ਮਾਨਵੀ ਮਿਲੇ ਸੀ ਤੇ ਉਹਨਾਂ ਨੇ ਗਾਰੰਟ ਵੀ ਜਾਰੀ ਕੀਤੀ ਸੀ ਫਿਲਹਾਲ ਜਿਹੜੇ ਚਲੇ ਜਾਂਦੇ ਨੇ ਉਹ ਵਾਪਸ ਨਹੀਂ ਆਉਂਦੇ ਪਰ ਫੇਰ ਵੀ ਜੋ ਉਹ ਨਾਮ ਕਰ ਜਾਂਦੇ ਨੇ ਉਹ ਕਿਤੇ ਨਾ ਕਿਤੇ ਯਾਦ ਰਹਿ ਜਾਂਦਾ ਸੋ ਕੁਲਦੀਪ ਇੰਗਾ ਬਾਜਵਾ ਜੀ ਹਾਂ ਉਹਦੇ ਕਤਲकांड ਦਾ ਮਾਸਟਰਮਾਈਂਡ ਵੀ ਤੇਜਾ ਨੂੰ ਮੰਨਿਆ ਜਾਂਦਾ ਹੈ ਉਹੀ ਤੇਜਾ ਸੀ ਜਿਹੜਾ ਜਿਸ ਦੇ ਕੇ ਸੰਬੰਧ ਰਾਜਸਥਾਨ ਦੇ ਵਿਕਰਮ ਬਰਾੜ ਦੇ ਨਾਲ ਵੀ ਦੱਸੇ ਜਾਂਦੇ ਨੇ ਸੋ ਇਹ ਉਹ ਬੰਦਾ ਹੈ ਜਿਸ ਦੇ ਉੱਤੇ ਘਟੇ ਤੋਂ ਘਟਾ 36 ਤੋਂ ਲੈ ਕੇ 40 ਪਰਚੇ ਦਰਜ ਨੇ ਜਿਸ ਦੇ ਵਿੱਚ ਫਿਰੋਤੀਆਂ ਦੇ ਮਾਮਲੇ ਵੀ ਨੇ ਕਤਲकांड ਦੇ ਮਾਮਲੇ ਵੀ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਨੇ ਉਸ ਦੇ ਵਿੱਚ ਜਿਹੜਾ ਇਸ ਦਾ ਨਾਮ ਹੈ ਤੂਤੀ ਆ ਉਹ ਬੋਲਦੀ ਐ ਸੋ ਜੋ ਹਲੇ ਫਿਲਹਾਲ ਜਿਹੜੇ ਦੋ ਨੇ ਉਹ ਇਹ ਨਹੀਂ ਦੱਸਿਆ ਗਿਆ ਕਿ ਉਹਦੇ ਜਿਹੜੇ ਨਾਲ ਨੇ ਉਹ ਉਹਨਾਂ ਦੀ شناخت ਨਹੀਂ ਹੋ ਪਾਈ ਉਹ ਕੌਣ ਨੇ ਕਿਹੜੇ ਗੈਂਗ ਨਾਲ ਸੰਬੰਧ ਰੱਖਦੇ ਨੇ ਫਿਲਹਾਲ ਇਹ ਜਾਣਕਾਰੀ ਨਹੀਂ ਆਈ ਪਰ ਪਰਮੋਤ ਬਾੰਦੀ ਰਹਿਮਾਈ ਹੇਠ ਜੜੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਕਿਤੇ ਨਾ ਕਿਤੇ ਉਹ ਇਹ ਜ਼ਰੂਰ ਸਾਬਤ ਕਰ ਰਹੀ ਐ ਕਿ ਸੀਐਮ ਆਨ ਦੇ ਨਿਰਦੇਸ਼ਾਂ ਤੇ ਚੱਲਦੇ ਆ ਸੂਬੇ ਦੀ ਸਾਰੀ ਪੁਲਿਸ ਇੱਕੋ ਤਰ੍ਹਾਂ ਦੀ ਨਹੀਂ ਹੈ ਜਿ ਕੋਈ ਪੁਲਿਸ ਵਾਲੇ ਆਪਣੀਆਂ ਸ਼ਹੀਦੀਆਂ ਦੇ ਕੇ ਵੀ ਪਬਲਿਕ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇੱਥੇ ਜਿਹੜਾ ਜਜ਼ਬਾ ਪੁਲਿਸ ਵਾਲਿਆਂ ਦਾ ਵੇਖਣ ਨੂੰ ਮਿਲਿਆ ਇਹ ਪਹਿਲੀ ਵਾਰ ਨਹੀਂ ਹੈ ਵੈਸੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜਦੋਂ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਮੂਸੇਵਾਲੇ ਦੇ ਕਤਲ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਨਾਲ ਫਿਰੋਤੀਆਂ ਦਾ ਟ੍ਰੈਂਡ ਜੇ ਹਾ ਤੁਰ ਪਿਆ ਇੱਕ ਪਾਸੇ ਕਿਉਂਕਿ ਜਿੱਥੇ ਗੈਂਗਸਟਰ ਜਿਹੜੇ ਨੇ ਜਦੋਂ ਉਹਨਾਂ ਦਾ ਜਿਹੜਾ ਦਬਦਬਾ ਉਹ ਉਦੋਂ ਤੱਕ ਕਾਇਮ ਰਹਿੰਦਾ ਜਦੋਂ ਤੱਕ ਉਹਨਾਂ ਦਾ ਡਰ ਪਬਲਿਕ ਦੇ ਮਨ ਦੇ ਵਿੱਚ ਰਵੇ ਤੇ ਜੇਕਰ ਸਰਕਾਰ ਉਸ ਡਰ ਨੂੰ ਖਤਮ ਕਰਨਾ ਸ਼ੁਰੂ ਕਰ ਦਵੇ ਤਾਂ ਕਿਤੇ ਨਾ ਕਿਤੇ ਡਰ ਉਹਨਾਂ ਨੂੰ ਵੀ ਲੱਗਦਾ ਸੋ ਮੂਸੇ ਵਾਲੇ ਤੋਂ ਬਾਅਦ ਜਿਹੜੇ ਫਿਰੋਤੀਆਂ ਦਾ سلسلہ ਸ਼ੁਰੂ ਹੋਇਆ ਉਹਦੇ ਵਿੱਚ ਕਾਫੀ ਸਾਰੇ ਅਜਿਹੇ ਗੈਂਗਸਟਰ ਸੀ ਜਿਨ੍ਹਾਂ ਨੇ ਆਪਣੇ ਨਾਮ ਤੇ ਜਿਹੜੀਆਂ ਸੀ ਫਿਰੋਤੀਆਂ ਵੀ ਮੰਗੀਆਂ ਤੇ ਕੁਝ ਫੇਕ ਫਿਰੋਤੀਆਂ ਵੀ ਸੀ ਕਿਉਂਕਿ ਇੱਕ ਪਾਸੇ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਖਦਸ਼ਾ ਸਤਾ ਰਿਆ ਸੀ ਕਿਉਂਕਿ ਮਾਨ ਸਰਕਾਰ ਦਬੋਚਣ ਤੇ ਲੱਗੀ ਹੋਈ ਸੀ ਇਨਕਾਊਂਟਰ ਕਰਨ ਤੇ ਲੱਗੀ ਹੋਈ ਸੀ ਸੂਬੇ ਦੀ ਸੁਰੱਖਿਆ ਦੇ ਲਈ ਤੇ ਦੂਜੇ ਪਾਸੇ ਜਿੰਨੇ ਵੀ ਗੈਂਗਸਟਰ ਸੀ ਉਹ ਵੀ ਐਕਟਿਵ ਹੋ ਗਏ ਤੇ ਇੱਕ ਤਰ੍ਹਾਂ 1 ਟੂ 1 ਵੇਖਣ ਨੂੰ ਮਿਲੀ ਸਰਕਾਰ ਤੇ ਗੈਂਗਸਟਰਵਾਦ ਦੇ ਵਿੱਚ ਜਿੱਥੇ ਇੱਕ ਪਾਸੇ ਸੀਐਮ ਮਾਨ ਉਹਨਾਂ ਸੁਧਰਨ ਲਈ ਕਹਿ ਰਹੇ ਸੀ ਦੂਜੇ ਪਾਸੇ ਗੈਂਗਸਟਰ ਸੀ ਜਿਹੜੇ ਉਹਨਾਂ ਨੇ ਫਿਰੋਤियां ਆਮ ਪਬਲਿਕ ਤੋਂ ਹੀ ਨਹੀਂ ਬਲਕਿ ਇੱਥੋਂ ਤੱਕ ਕਿ ਪੁਲਿਸ ਦੇ ਵੱਡੇ ਵੱਡੇ ਅਧਿਕਾਰੀਆਂ ਨੂੰ ਵੀ ਉਹਨਾਂ ਨੇ ਨਿਸ਼ਾਨਾ ਬਣਾਇਆ ਫਿਰੋਤियां ਮੰਗੀਆਂ ਤਾਂ ਕਿ ਉਹਨਾਂ ਦਾ ਦਬਦਬਾ ਕਾਇਮ ਰੱਖੇ ਪਰ ਸੀਐਮ ਮਾਨ ਦੀ ਜਿਹੜੀ ਕਾਰਵਾਈ ਹੈ ਸੀਐਮ ਮਾਨ ਦੇ ਨਿਰਦੇਸ਼ਾਂ ਦੇ ਚੱਲਦਿਆਂ ਕੁਝ ਪੁਲਿਸ ਵਾਲੇ ਪੂਰੀ ਆਪਣੀ ਜੀ ਜਾਨ ਲਗਾ ਕੇ ਜਿਹੜੀ ਹੈ ਆਪਣੀ ਜੌਬ ਕਰ ਰਹੇ ਨੇ ਸ਼ਹੀਦੀਆਂ ਵੀ ਪਾਉਂਦੇ ਨੇ ਤਾਂ ਇਸ ਵਕਤ ਜਿਹੜੀ ਕਾਰਵਾਈ ਨੂੰ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਵੀ ਦੋ ਵਾਰ ਐਨਕਾਊਂਟਰ ਹੋਇਆ ਕਿ ਨੇ ਸੀਐਮ ਮਾਨ ਦੀ ਰਹਿਨਮਾਈ ਦੇ ਹੇਠ ਤੁਹਾਨੂੰ ਯਾਦ ਹੋਵੇਗਾ ਮੂਸੇ ਵਾਲੇ ਕਤਲਕਾਰ ਦੇ ਜਿਹੜੇ ਦੋਸ਼ੀ ਨੇ ਮਨਪ੍ਰੀਤ ਮੰਨੂ ਤੇ ਜਗਰੂਪ ਰੂਪੇ ਦਾ ਵੀ ਇਸੇ ਤਰ੍ਹਾਂ ਅਮਰੀਸਰ ਦੇ ਕੋਲ ਬਟਾਲੇ ਦੇ ਵਿੱਚ ਜਿਹੜਾ ਹੈ ਕਾਊਂਟਰ ਹੋਇਆ ਇਹ ਸਾਰੇ ਇੱਕ ਤਰ੍ਹਾਂ ਕੇ ਨਾਲ ਤਸਵੀਰ ਪੇਸ਼ ਕਰ ਰਹੇ ਨੇ ਕਿ ਜਿਹੜੀ ਪੁਲਿਸ ਹੈ ਤੇ ਮਾਨ ਸਰਕਾਰ ਆਪਸ ਦੇ ਵਿੱਚ ਆਮੋ ਸਾਹਮਣੇ ਇਸ ਵਕਤ ਨੇ ਇੱਕ ਪਾਸੇ ਗੈਂਗਸਟਰ ਆਪਣਾ ਦਬਦਬਾ ਬਣਾਉਣ ਲੱਗੇ ਹੋਏ ਨੇ ਦੂਜੇ ਪਾਸੇ ਮਾਨ ਸਰਕਾਰ ਪਬਲਿਕ ਨੂੰ ਬਚਾਉਣ ਤੇ ਲੱਗੀ ਹੋਈ ਹੈ ਤੇ ਪੁਲਿਸ ਆਪਣਾ ਇਸ ਦੇ ਵਿੱਚ ਰੋਲ ਅਦਾ ਕਰ ਰਹੀ ਹੈ ਸੋ ਏਜੀਟੀਐਫ ਨੇ ਇਹ ਪਹਿਲੀ ਵਾਰ ਕੀਤਾ ਐਜੀਟੀਐਫ ਦੀ ਇਹ ਤੀਜੀ ਵੱਡੀ ਕਾਰਵਾਈ ਹੈ ਜਿਸ ਨੇ ਕਿ ਪੁਲਿਸ ਦੀ ਇਮੇਜ ਪੁਲਿਸ ਦੇ ਅਕਸ ਨੂੰ ਇੱਕ ਵਾਰ ਫੇਰ ਤੋਂ ਬਰਕਰਾਰ ਕਰ ਦਿੱਤਾ ਹੈ ਸੂਬੇ ਦੇ ਵਿੱਚ ਸੋ ਕਿਤੇ ਨਾ ਕਿਤੇ ਪਬਲਿਕ ਆਪਣੇ ਆਪ ਨੂੰ ਸਿਕਿਉਰ ਵੀ ਫੀਲ ਕਰ ਰਹੀ ਹੋਵੇਗੀ ਤੇ ਦੂਜੇ ਪਾਸੇ ਇਸ ਵਕਤ प्रमोद ਬਾਣ ਉੱਥੇ ਪਹੁੰਚੇ ਹੋਏ ਨੇ ਤੇ ਥੋੜੀ ਦੇਰ ਦੇ ਵਿੱਚ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਗੇ ਕਿ ਆਖਰ ਇਹ ਜਿਹੜੇ ਸੀ ਕਿਹੜੇ ਗੈਂਗ ਨਾਲ ਸੰਬੰਧ ਸੀ ਜਾਂ ਫਿਰ ਜਿਹੜਾ ਤੇਜੇ ਦਾ ਗੈਂਗ ਹੈ ਉਹ ਆਪਣਾ ਹੀ ਗੈਂਗ ਜਿਹੜਾ ਹੈ ਉਸਨੇ ਚਲਾਇਆ ਹੋਇਆ ਥੋੜੀ ਦੇਰ ਦੇ ਵਿੱਚ ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਵਾਲੇ ਨੇ ਏਜੀਟੀਐਫ ਦੇ ਮੁਖੀ प्रमोद ਬਾਣ ਇਹਨਾਂ ਅਨਪ੍ਰਵੋਕ ਫਾਈਵਿੰਗ ਜਿਸ ਦੇ ਸਾਡੇ ਸਾਥੀ ਇੰਸਪੈਕਟਰ ਜਿਹੜਾ ਜਿਹੜਾ ਗੁਰਪ੍ਰੀਤ ਸੀ ਜਿਹੜੇ ਚ ਫਾਇਰਿੰਗ ਕੀਤੀ ਹਾਂ ਤੇ ਜਦੋਂ ਨੇ ਸਾਡਾ ਜਦੋਂ ਅਸੀਂ ਗੱਡੀ ਅੱਗੇ ਪਿੱਛੇ ਤੇ ਲਾਈਆਂ ਤੇ ਇਸ ਨੇ ਗੱਡੀ ਭਿਆਂ ਦੀ ਕੁਛ ਕੀਤੀ ਸਾਡੇ ਕਨਸਟੇਬਲ ਗੁਰਪ੍ਰੀਤ ਉਹ ਤੇ ਇਸ ਨੇ ਗੱਡੀ ਛੱਡ ਦਿੱਤੀ ਉਸ ਨੂੰ ਲੱਗਾ ਦੋਨੋਂ 79 ਹਸਪੀਟਲ ਦਿੱਤਾ ਹੈ ਦਾ ਰੈਫਰ ਪਰ ਇਸ ਕ੍ਰਾਸ ਫਾਇਰਿੰਗ ਤੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਹੈ ਉਸ ਵਿੱਚ ਤੇਜੇ ਦੀ ਮੁੱਖ ਤੌਰ ਤੇ ਹੈ ਤੇਜਾ ਕੋ ਗੈਂਗਸਟਰ ਹੈ ਇਸ ਦੇ ਤੇ ਕਾਫੀ ਦੀ ਤਬਦਦ ਮੁਕਦਮੇ ਨੇ ਇਸੇ ਇਸੇ ਗੈਂਗ ਨੂੰ ਤੇਜੇ ਹੀ ਆਪਰੇਟ ਕਰ ਰਿਹਾ ਸੀਗਾ ਫਗਵਾੜਾ ਦੇ ਇਨਸੀਡੈਂਟਸ ਨੂੰ ਜੇ ਦੇਖਿਆ ਜਾਵੇ ਤਾ ਤੇਜਮੁਖਰ ਉਪੀ ਸੀਗਾ ਜਿਹੜਾ ਕੁਲਦੀ ਬਾਜਵਾ ਕਨਸਟੇਬਲ ਆ ਉਸ ਨੂੰ ਜੇ ਗੋਲੀ ਮਾਰ ਕੇ ਇਹਨਾਂ ਨੇ ਹੀ ਹਮਾਰਾ ਸੀ ਸਾਡਾ ਕਨਸਟੇਬਲ ਕਮਜੀਤ ਦਿੱਕਤ ਦੀ ਖੀਲ ਹੋਏ ਨੇ 8 ਗੰਨ ਉਹਦਾ ਇਹ ਮੇਨ ਦੋਸ਼ੀ ਸੀ ਉਹਦੇ ਵਿੱਚ ਇਹ ਐਫ ਆਈ ਆਰ ਨੰਬਰ 3 ਜੀ ਫਲਾਪ ਸਾਹਮਣੇ ਚਾ ਉਹਦੇ ਵਿੱਚ ਨਾਮ ਚਾ ਇਹ ਸ ਇਹ ਉਸ 그룹 ਦਾ ਸਰਗਣਾ ਹੈ ਜਿਸ ਦੇ ਵਿੱਚੋਂ ਇਹ ਸਾਰਾ ਚਲਾਇਆ ਜਾ ਰਿਹਾ ਸੀ ਇਸ ਇਸ ਕੈਨ ਨੂੰ ਤੇ ਇਹਨਾਂ ਨੇ ਪਹਿਲਾਂ ਕਾਰ ਕੋਈ ਸੀਗੀ ਪਲਾੜੇ ਦੇ ਚੱਕਰੇਟਾ ਹਾਂ ਉਹਦੇ ਵਿੱਚ ਫਿਰ ਅੱਗੇ ਚੱਲਦੇ ਚੱਲ ਚੇਜ਼ ਹੋਇਆ ਤੇ ਆਪ ਨੂੰ ਪਤਾ ਕਿ ਸਾਰੇ ਨੇ ਠੀਕ ਜੀ 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 ਗੈਂਗਸਟਰ ਨੇ ਪੁਲਿਸ ਉਤੇ ਫਾਇਰੀ ਦਿੱਤੀ ਸੀ ਜਿਸ ਨੇ ਸਾਢੇ 50 ਹਜ਼ਾਰ ਰੁਪਏ ਦੀ ਸਰ ਕਿਹੜਾ ਗੈਂਗ ਹੈ ਇਹ ਤੇਜੀਪੁਰ ਮੈਥਪੁਰ ਜਿਹੜਾ ਇਹਦਾ ਆਪ ਹੀ ਗੈਂਗ ਸੀਗਾ ਪਰ ਇਸ ਦੀ ਇਹ ਇਹ ਬੁਰਪੇ ਸੇਖੋ ਨਾਲ ਵੀ ਇਸ ਦੇ ਗੈਂਗ ਦੇ ਤਰੀਕੇ ਨਾਲ ਤਾਰਾਂ ਜੁੜੇ ਠੀਕ ਹੈ ਬਹੁਤ ਮਿਹਰਬਾਨ